ਸਵੇਰੇ ਉੱਠ ਕੇ ਤੁਸੀਂ ਇੱਕ ਗਲਾਸ ਠੰਡਾ ਪਾਣੀ ਪੀ ਲਵੋ ਘੜੇ ਦਾ, ਕੀ ਮਜ਼ਾਕ ਆ ਗਈ ਸਾਰਾ ਦਿਨ ਤੁਹਾਨੂੰ ਕਿਤੇ ਖਾਂਸੀ ਗਰਮੀ ਘੱਟ ਲੱਗੂਗੀ। ਮਿੱਟੀ ਦਾ ਫਾਇਦਾ ਇਹ ਹੁੰਦੇ ਸਾਰੇ ਪੌਸ਼ਟਿਕ ਤੱਤ ਹੁੰਦੇ ਆ, ਜੋ ਸਟੀਲ ਦੇ ਬਰਤਨ ਹੈ ਉਹ ਅੱਜ ਕੱਲ੍ਹ ਕੈਂਸਰ ਪੈਦਾ ਕਰਦੇ ਆ। ਅੱਜ ਕੱਲ੍ਹ ਤੁਸੀਂ ਸੁਣਦੇ ਹੋਣੇ ਆ ਕੁੱਲੜ ਪੀਜ਼ਾ, ਉਹ ਕੁੱਲੜ ਵੀ ਮਿੱਟੀ ਦਾ। ਇਹ ਜਿਹੜਾ ਹੈ ਪਹਿਲਾਂ ਆਪਾਂ ਮਿੱਟੀ ਦੇ ਭਾਂਡੇ ਹੀ ਵਰਤਦੇ ਸੀਗੇ, ਇਹਦਾ ਬਾਅਦ 'ਚ ਟੈਕਨੀਕ ਨਵੀਂ ਆ ਗਈ ਅਤੇ ਆਪਾਂ ਸਟੀਲ ਦਾ ਹੋਰ ਬਰਤਨ ਲੱਗ ਪਏ ਹਾਂ, ਤਾਂਬੇ ਦੇ ਬਰਤਨ ਲੱਗ ਪਏ ਹੈ, ਪਰ ਜਿਹੜਾ ਹੈ ਇਹ ਓਰੀਜਨਲ ਚੀਜ਼ ਇਹੀ ਹੈ। ਮਤਲਬ ਇਹ ਨਹੀਂ ਕਿ ਆਮ ਆਦਮੀ, ਐਜੂਕੇਟਡ ਜਿਹੜੇ ਪਰਸਨ ਨੇ ਉਹ ਫਰਿੱਜ ਨਾਲੋਂ ਘੜੇ ਦਾ ਪਾਣੀ ਪੀਣਾ ਜ਼ਿਆਦਾ ਪਸੰਦ ਕਰਦੇ। ਇਹ ਸਵਾਦ ਇਹ ਜੀ ਜਸਟ ਲਾਈਕ ਤੁਸੀਂ ਦੇਖੋਗੇ ਜਿਵੇਂ ਤੰਦੂਰ ਦੀ ਰੋਟੀ ਹੁੰਦੀ ਹੈ, ਇਹ 'ਚ ਮਤਲਬ ਮਿੱਟੀ ਦੀ ਪਰਫਿਊਮਿੰਗ ਹੁੰਦੀ ਹੈ। ਨਹੀਂ ਜੀ, ਹੁਣ ਕਰੇਜ਼ ਕਰੋਨਾ ਕਾਲ ਤੋਂ ਬਾਅਦ ਬਹੁਤ ਵੱਧ ਗਿਆ ਜੀ। ਕਰੋਨਾ ਕਾਲ ਤੋਂ ਬਾਅਦ ਲੋਕਾਂ 'ਚ ਇੰਨਾ ਕੁ ਜਾਗਰਤਾ ਆ ਚੁੱਕੀ ਹੈ ਕਿ ਹਰ ਘਰ ਦੇ ਵਿੱਚ, ਮਤਲਬ ਇਹ ਨਹੀਂ ਕਿ ਆਮ ਆਦਮੀ, ਐਜੂਕੇਟਡ ਜਿਹੜੇ ਪਰਸਨ ਨੇ ਉਹ ਫਰਿੱਜ ਨਾਲੋਂ ਘੜੇ ਦਾ ਪਾਣੀ ਪੀਣਾ ਜ਼ਿਆਦਾ ਪਸੰਦ ਕਰਦੇ। ਫਾਇਦੇ ਇਹ ਜੀ, ਬੇਸਿਕਲੀ ਸਿਹਤ ਵਾਸਤੇ ਬਹੁਤ ਫਾਇਦੇਮੰਦ ਹੈ ਜੀ। ਸਵੇਰੇ ਉੱਠ ਕੇ ਤੁਸੀਂ ਪ੍ਰੈਕਟੀਕਲੀ ਤੁਸੀਂ ਵੀ ਕਰਕੇ ਦੇਖ ਲੈਣਾ ਚਾਹੇ, ਸਵੇਰੇ ਉੱਠ ਕੇ ਤੁਸੀਂ ਇੱਕ ਗਲਾਸ ਠੰਡਾ ਪਾਣੀ ਪੀ ਲਵੋ ਘੜੇ ਦਾ, ਕੀ ਮਜ਼ਾਕ ਆ ਗਈ ਸਾਰਾ ਦਿਨ ਤੁਹਾਨੂੰ ਕਿਤੇ ਖਾਂਸੀ ਗਰਮੀ ਘੱਟ ਲੱਗੂਗੀ। ਇਹ ਕਿਉਂਕਿ ਇਹਦੇ 'ਚ ਮਿੱਟੀ ਕੱਚੀ ਚਿਕਨੀ ਮਿੱਟੀ ਅਤੇ ਰੇਤਾ ਮਿਕਸ ਹੁੰਦਾ ਵਾ, ਅਤੇ ਆਪਣੇ ਲੰਬਸ ਵਾਸਤੇ ਫੇਫੜਿਆਂ ਵਾਸਤੇ ਬਹੁਤ ਅੱਛੀ ਚੀਜ਼ ਹੈ। ਬੇਸਿਕਲੀ ਚਿਕਨੀ ਮਿੱਟੀ ਹੈ ਜੀ, ਬੇਸਿਕਲੀ ਇਹਦਾ ਜਿਹੜੀ ਮੈਨੂਫੈਕਚਰਿੰਗ ਹੈ ਬੇਸਿਕਲੀ ਰਾਜਸਥਾਨ ਦੀ ਹੈ। ਜ਼ਿਆਦਾ ਬਰਤਨ ਪਹਿਲਾਂ ਤਾਂ ਮੋਸਟਲੀ ਘੜਾ ਹੀ ਜ਼ਿਆਦਾ ਬਣਦਾ ਸੀ ਜੀ, ਬਟ ਹੁਣ ਤੁਹਾਨੂੰ ਦੱਸਿਆ ਜਿਵੇਂ ਕਿ ਕਰੋਨਾ ਕਾਲ ਤੋਂ ਬਾਅਦ ਤਵਾ, ਕੁੱਕਰ, ਕੜਾਹੀਆਂ, ਈਵਨ ਦੈਨ ਗਲਾਸ, ਇਹ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਅੱਜ ਕੱਲ੍ਹ ਤੁਸੀਂ ਸੁਣਦੇ ਹੋਣੇ ਆ ਕੁੱਲੜ ਪੀਜ਼ਾ, ਉਹ ਕੁੱਲੜ ਵੀ ਮਿੱਟੀ ਦਾ। ਕੁੱਲੜ ਚਿਕਨ ਬਣਨ ਲੱਗ ਗਿਆ ਉਹ ਵੀ ਮਿੱਟੀ ਦਾ, ਕੁੱਲੜ ਰਾਈਸ ਬਣਨ ਲੱਗ ਗਏ ਨੇ ਉਹ ਵੀ ਮਿੱਟੀ ਦਾ। ਆਈ ਮੀਨ ਟੂ ਸੇ ਕਿ ਇਹ ਆਲ ਓਵਰ ਜਿੰਨਾ ਵੀ ਮਿੱਟੀ ਦੇ ਪ੍ਰੋਡਕਟ ਹੈਗੇ ਨੇ, ਸਾਰੇ ਲੋਕ ਬੜੇ ਵਧੀਆ ਤਰੀਕੇ ਨਾਲ ਯੂਜ਼ ਕਰਦੇ। ਤਵਾ ਜਿਹੜਾ ਬਣਾਇਆ ਇਹ ਸਵਾਦ ਹੈ ਜੀ, ਜਸਟ ਲਾਈਕ ਤੁਸੀਂ ਦੇਖੋਗੇ ਜਿਵੇਂ ਤੰਦੂਰ ਦੀ ਰੋਟੀ ਹੁੰਦੀ ਹੈ, ਉਹ 'ਚ ਮਤਲਬ ਮਿੱਟੀ ਦੀ ਪਰਫਿਊਮਿੰਗ ਹੁੰਦੀ ਹੈ। ਟੂਟੀਆਂ ਦਾ ਕਾਰਨ ਇਹ ਹੈ ਜੀ ਕਿ ਹੁਣ ਤੁਹਾਨੂੰ ਦੂਸਰੇ ਪਾਸੇ ਆਉਂਦਾ, ਗੂਗਲ ਦੀ ਜ਼ਮਾਨਾ ਨਾ ਸਾਡਾ, ਉਹ ਗੂਗਲ ਕਰਕੇ ਲੋਕ ਜਨਾਨੀਆਂ ਸਾਡੇ ਘਰਾਂ ਦੀਆਂ ਜਿਹੜੀਆਂ ਕੀ ਕਰਦੀਆਂ ਜੀ, ਵਿੱਚੋਂ ਪਾਣੀ ਭਰ ਲਿਆ, ਟੂਟੀ ਲਾਤੀ, ਸਾਡੇ ਕੀਤਾ ਗਲਾਸ, ਆਟੋਮੈਟਿਕ ਸਿਸਟਮ ਸ਼ੁਰੂ ਹੋ ਗਿਆ, ਸੌਖਾ ਜੀ। ਅਦਰਵਾਈਜ਼ ਟੂਟੀ ਦਾ ਕੋਈ ਐਡਾ ਕੰਸਰਨ ਨਹੀਂ ਹੈ। ਇਹਦੇ 'ਚ ਅਸੀਂ ਜੀ ਦਹੀਂ ਜਮਾਨੇ ਹਾਂ ਜੀ, ਕੋਸਾ ਕਰਕੇ ਦੁੱਧ ਰਾਤੀ ਰੱਖ ਲੈਂਦੇ ਹਾਂ, ਮੋਰਨਿੰਗ ਜਿਹੜੀ ਹੈਗੀ ਹੈ ਟਾਈਡ ਹੋ ਜਾਂਦੀ ਹੈ, ਫਿਰ ਉਹਨੂੰ ਅਸੀਂ ਖਾ ਲੈਂਦੇ ਹਾਂ ਨਾਸ਼ਤੇ ਦੇ ਨਾਲ, ਜਿਵੇਂ ਵੀ ਲੱਸੀ ਬਣਾ ਲੈਂਦੇ ਹਾਂ ਕਿਉਂਕਿ ਅੱਜ ਕੱਲ੍ਹ ਮੌਸਮ ਲੱਸੀ ਦਾ ਹੈਗਾ, ਅਤੇ ਇਸ ਲਈ ਜਿਹੜੇ ਹੈਗਾ ਵਾ ਇਹ ਨੂਣ ਵਾਲੀ ਲੱਸੀ ਪੀਣੀ ਹੈ, ਉਹ ਫਾਇਦੇਮੰਦ ਹੈ। ਜੇ ਆਪਾਂ ਸ਼ੂਗਰ ਵਾਲੀ ਪੀਵਾਂਗੇ ਤਾਂ ਉਹ ਆਪਾਂ ਨੂੰ ਨੁਕਸਾਨਦਾਇਕ ਹੋਏਗੀ। ਫਾਇਦਾ ਕੀ ਦਿੰਦਾ ਮਿੱਟੀ? ਮਿੱਟੀ ਦਾ ਫਾਇਦਾ ਇਹ ਹੁੰਦੇ ਸਾਰੇ ਪੌਸ਼ਟਿਕ ਤੱਤ ਹੁੰਦੇ ਆ, ਜੋ ਸਟੀਲ ਦੇ ਬਰਤਨ ਹੈ ਉਹ ਅੱਜ ਕੱਲ੍ਹ ਕੈਂਸਰ ਪੈਦਾ ਕਰਦੇ ਆ। ਇਹ ਜਿਹੜਾ ਹੈ ਪਹਿਲਾਂ ਆਪਾਂ ਮਿੱਟੀ ਦੇ ਭਾਂਡੇ ਹੀ ਵਰਤਦੇ ਸੀਗੇ, ਇਹਦਾ ਬਾਅਦ 'ਚ ਟੈਕਨੀਕ ਨਵੀਂ ਆ ਗਈ ਅਤੇ ਆਪਾਂ ਸਟੀਲ ਦਾ ਹੋਰ ਬਰਤਨ ਲੱਗ ਪਏ ਹਾਂ, ਤਾਂਬੇ ਦੇ ਬਰਤਨ ਲੱਗ ਪਏ ਹੈ, ਪਰ ਜਿਹੜਾ ਹੈ ਇਹ ਓਰੀਜਨਲ ਚੀਜ਼ ਇਹੀ ਹੈ। ਅੱਜ ਕੱਲ੍ਹ ਲੋਹੇ ਦੇ ਉੱਪਰ ਆਪਾਂ ਜਲਾਉਂਦੇ ਹਾਂ, ਵਿੱਚ ਉਹ ਹੇਠੋਂ ਗੈਸ ਬਚਾਉਂਦੇ ਹਾਂ,
ਉਹ ਆਪਣੇ ਕੋਲ ਰੋਟੀ ਸਵਾਦ ਆਉਂਦਾ। ਜਿਹੜੇ ਆਪਾਂ ਮਿੱਟੀ ਦੇ ਭਾਂਡੇ ਆ, ਮਿੱਟੀ ਦੇ ਤਵੇ 'ਤੇ ਬਣਾਉਂਦੇ ਰੋਟੀ, ਉਹ ਐਂ ਬਣਦੀ ਜਿਵੇਂ ਆਪਾਂ ਤੰਦੂਰ ਦੀ ਰੋਟੀ ਖਾ ਰਹੇ ਹੁੰਦੇ ਹਾਂ, ਇਹੋ ਜਿਹਾ ਸਵਾਦ ਹੁੰਦਾ ਵਾ। ਨੌਜਵਾਨ ਜਾਗਰੂਕ ਕਰਨ ਦੀ ਲੋੜ ਹੈ, ਅਪਣਾ ਵੀ ਰਹੇ ਹੈ, 10-15% ਅਪਣਾ ਰਹੇ ਹੈ, ਬਾਕੀ 85% ਨੂੰ ਜਾਗਰੂਕ ਕਰਨ ਦੀ ਲੋੜ ਹੈਗੀ ਹੈ। ਜਾਗਰੂਕ ਕਰਾਂਗੇ ਤਾਂ ਉਹ ਵੀ ਨੌਜਵਾਨ ਕਹੋਗੇ, ਉਹਨਾਂ ਨੇ ਕੱਲ੍ਹ ਨੂੰ ਬੁੱਢੇ ਸਾਡੇ ਵਰਗੇ ਹੋਣਾ ਵਾ, ਅਤੇ ਉਹ ਵੀ ਆਪਣੇ ਬੱਚਿਆਂ ਨੂੰ ਜਿਹੜਾ ਹੈ ਬਚਾ ਸਕਦੇ ਇਸ ਤਰ੍ਹਾਂ। ਹਾਂਜੀ, ਇਹਨਾਂ ਨੂੰ ਪੁਰਾਣੀਆਂ ਖੁਰਾਕਾਂ, ਫਿਰ ਮੇਰੀ ਉਮਰ 60 ਸਾਲ ਦੀ ਹੈ, ਅਜੇ ਤੱਕ ਫਿੱਟ ਪਿਆ ਮੈਂ, ਕੋਈ ਇਹੋ ਜਿਹੀ ਗੱਲਬਾਤ ਨਹੀਂ। ਮੈਂ ਪਾਣੀ ਵੀ ਗਰਮ ਪੀਂਦਾ, ਮੈਂ ਸਾਦਾ, ਯਾਨੀ ਕਿ ਉਬਾਲ ਕੇ ਉਹਨੂੰ ਠੰਡਾ ਕਰਕੇ ਫਿਰ ਪੀਂਦਾ, ਕਦੇ ਫਰਿੱਜ ਦਾ ਪਾਣੀ ਨਹੀਂ ਪੀਤਾ। ਇਸ ਲਈ ਫਿਰ ਅੱਜ ਬਿਲਕੁਲ ਬਿਨਾਂ ਬਿਮਾਰੀਆਂ ਤੋਂ ਰਹਿਤ ਹੈਗੇ ਹਾਂ। ਅਤੇ ਜੇ ਆਪਾਂ ਆਰ ਓ ਵਾਲੇ ਪਾਣੀ ਪੀਵਾਂਗੇ ਉਹਦੇ ਤੱਤ ਨਹੀਂ ਹੁੰਦੇ, ਮਿੱਟੀ ਦੇ ਭਾਂਡੇ 'ਚ ਪੀਵਾਂਗੇ ਉਹਦੇ ਸਾਰੇ ਤੱਤ ਆ ਜਾਂਦੇ ਆ। ਇਸ ਲਈ ਜਿਹੜਾ ਹੈਗਾ ਮਿੱਟੀ ਦੇ ਭਾਂਡੇ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ।